ਇਸ ਨੂੰ ਆਸਥਾ ਕਹਿ ਲਈਏ ਜਾਂ ਫਿਰ ਢਿੱਡ ਦੀ ਭੁੱਖੀ ਅੱਗ ਦੀ ਕਹਾਣੀ ਕਹਿ ਲਈਏ। ਮੰਦਿਰ ਦੇ ਬਾਹਰ ਮੰਗਤਿਆਂ ਅਤੇ ਸਾਧੂਆਂ ਦੀ ਕਤਾਰ ਲੱਗੀ ਹੋਈ ਹੈ ਅਤੇ ਉਮੀਦ ਕਰ ਰਹੇ ਨੇ ਕਿ ਸ਼ਾਇਦ ਕੋਈ ਇਹਨਾਂ ਨੂੰ ਅੱਜ ਖਾਣ ਲਈ ਰੋਟੀ ਦੇ ਜਾਵੇ। ਭੁੱਖ ਅੱਗੇ ਇਹਨਾਂ ਨੂੰ ਨਾ ਤਾਂ ਕੋਰੋਨਾ ਵਾਇਰਸ ਦਾ ਕੋਈ ਡਰ ਨਜ਼ਰ ਆਇਆ ਤੇ ਨਾ ਹੀ ਕਰਫਿਊ ਦੀ ਕੋਈ ਚਿੰਤਾ ਹੈ। ਚਿੰਤਾ ਹੈ ਤਾਂ ਬਸ ਆਪਣੇ ਢਿੱਡ ਦੀ ਭੁੱਖ ਮਿਟਾਉਣ ਦੀ। ਲੋਕਾਂ ਤੋਂ ਤਾਂ ਇਹਨਾਂ ਨੂੰ ਭਾਵੇਂ ਕੁਝ ਬਹੁਤਾ ਨਹੀਂ ਮਿਲਿਆ, ਪਰ ਪੁਲਿਸ ਅਧਿਕਾਰੀ ਇਹਨਾਂ ਤੱਕ ਰਸਦ ਪਹੁੰਚ ਦੀ ਜ਼ਰੂਰ ਕਰ ਗਏ ਨੇ ਤਾਂ ਜੋ ਇਹ ਭੁੱਖੇ ਨਾ ਰਹਿ ਸਕਣ। ਰੋਟੀ ਵਾਸਤੇ ਦਵਾਈਆਂ ਵਾਸਤੇ ਪੈਰ ਟੁੱਟੇ ਪਏ ਆ, ਕੁਛ ਕੰਮ ਨਹੀਂ ਵੀ ਨਹੀਂ ਕਰ ਪਾ ਰਹੇ ਤਾਂ ਹਰ ਮੰਗਲਵਾਰ ਨਾਲ ਬੈਠੇ। ਨਹੀਂ ਆਪ ਨੂੰ ਪਤਾ ਕਰਫਿਊ ਲੋਕ ਨਹੀਂ ਆਏਗੇ ਫਿਰ ਕਿਉਂ ਬੈਠੇ ਹੋ? ਲੱਗਿਆ ਜੀ ਕੋਈ ਨਹੀਂ ਤੁਹਾਨੂੰ ਹੈਂ ਲੱਤ ਕੰਮ ਕਰਿਆ ਹੀ ਨਹੀਂ ਪਾਇਆ, ਕੋਈ ਕੰਮ ਹੀ ਹੈ ਨਹੀਂ ਤਾਂ ਬੈਠਣਾ ਪੈ ਗਿਆ। ਮੰਗਲ ਬੈਠੀ ਹੋ ਯਹਾਂ ਪੇ ਬਾਊ ਜੀ? ਰੋਟੀ ਬਦਲੇ ਬੈਠੇ ਹੈ। ਕਿਆ ਹੁਆ? ਭੁੱਖ ਹੈ, ਬੱਚੇ ਸੋਤੇ ਨਹੀਂ ਹੈ, ਕੀ ਕਰੀਏ? ਕਹਾਂ ਰਹਤੇ ਹੋ ਤੁਮ ਲੋਗ? ਯੇ ਲੋਗ ਹੈ ਕਿ ਰਹਤੇ ਹੈ ਯਹਾਂ ਪੇ ਤੋ ਤੇਲੂ ਕੀ ਕੋਟ ਗਿਆ। ਤੋ ਰਾਸ਼ਨ ਵਗੈਰਾ ਕੁਛ ਨਹੀਂ ਹੈ ਆਪਕੋ? ਨਹੀਂ ਜੀ ਬਾਊ ਜੀ। ਹੈਂ? ਨਹੀਂ ਕਿਸੇ ਨੇ ਕੋਈ ਰਾਸ਼ਨ ਨਹੀਂ ਦਿਆ? ਨਾ ਜੀ। ਮੰਦਿਰ ਕੇ ਬਾਹਰ ਆਪ ਅਕਸਰ ਮੰਗਲਵਾਰ ਬੈਠਤੇ ਹੈ? ਹਾਂ, ਹਮ ਲੋਗ ਪਹਿਲੇ ਸੇ ਵੀ ਬੈਠੇ ਥੇ। ਆਪਕੋ ਪਤਾ ਹੈ ਕਰਫਿਊ ਹੈ? ਕਰਫਿਊ ਤੋ ਹੈ ਤੋ ਕਿਆ ਕਰੇ ਬੱਚੇ, ਛੋਟੇ ਛੋਟੇ ਰੋ ਰਹੇ ਹੈ, ਮੇਰਾ ਵੀ ਘਰ ਵਾਲਾ ਕੌਨ ਸਾ ਹੈ, ਖਤਮ ਹੋ ਗਿਆ ਹੈ। ਲੋਗ ਆ ਰਹੇ ਦਾਨ ਦੇਣੇ ਕੇ ਲਈ ਆਪਕੋ? ਦੇ ਆਹੀ ਬਿਸਕੁਟ ਬਿਸਕੁਟ ਦੇ ਰਹੇ ਹੈ ਬਸ। ਅਬ ਇਸਮੇ ਬੱਚੇ ਕੋ ਖਿਲਾ ਲੇਂਗੇ, ਹਮ ਲੋਗ ਖਾ ਕੇ ਸੋ ਜਾਏਂਗੇ, ਔਰ ਕਿਆ। ਕੋਰੋਨਾ ਵਾਇਰਸ ਕਾਰਨ ਕਰਫਿਊ ਵਿੱਚ ਹੁੰਦਾ ਵਾਧਾ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ, ਕਿਉਂਕਿ ਘਰ ਵਿੱਚ ਬੈਠੇ ਲੋਕ ਹੁਣ ਬਾਹਰ ਖੁੱਲ੍ਹੇ ਵਿੱਚ ਘੁੰਮਣ ਲਈ ਕਾਹਲੇ ਪੈ ਰਹੇ ਨੇ। ਪਰ ਘਰ ਵਿੱਚ ਕੈਦ ਹੋਣਾ ਜ਼ਿਆਦਾ ਸਹੀ ਹੈ ਬਜਾਏ ਹਸਪਤਾਲ ਵਿੱਚ ਬੈੱਡ 'ਤੇ ਲੰਮੇ ਸਮੇਂ ਲਈ ਪੈਣਾ। ਕਪੂਰਥਲਾ ਤੋਂ ਸੁਰਿੰਦਰ ਬੱਬੂ ਅਤੇ ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। 4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ UK, ਆਇਲਸ ਨਾਲ ਜਾਂ ਬਿਨਾਂ ਆਇਲਸ ਤੋਂ। ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ, ਜਾਂ ਸਾਨੂੰ ਕਾਲ ਕਰੋ 98